ਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇੱਕ ਨਾ ਹਮੇਸ਼ਾ ਹੀ ਬਹੁਤ ਜ਼ਿਆਦਾ ਯਾਰ ਲਾਂਭਾ ਆਂਦਾ ਸੀ ਸ਼ਿਕਾਇਤ ਆਂਦੀ ਰਹਿੰਦੀ ਸੀ ਕਹਿੰਦੇ ਜਦ ਨਾਲ ਆਪਾਂ ਆ ਵਾਧਰੇ ਦੇ ਉੱਪਰ ਜਦੋਂ ਆਪਾਂ ਜੰਗਲਾ ਕਰਦੇ ਹਾਂ ਜਿੱਦਾਂ ਆ ਜੰਗਲਾ ਕਰਿਆ ਆ ਦੇਖੋ ਜਦੋਂ ਫਰੰਟ ਵਾਲੀ ਸਾਈਡ ਜਿੱਧਰ ਨੂੰ ਵਾਧਰਾ ਛੱਡਿਆ ਪਿਆ ਹੁੰਦਾ ਜਿਆਦਾ ਇੱਥੇ ਆਪਾਂ ਜੰਗਲਾ ਕਰਦੇ ਤੇ ਇਹਨਾਂ ਤਾਂ ਜੰਗਲੇ ਦੇ ਵਿੱਚ ਬਾਈ ਤੇੜ ਆ ਜਾਂਦੀ ਸੀ ਬੜੀ ਬੁਰੀ ਲੱਗਦੀ ਸੀ ਉਹ ਵੈਸੇ ਤਾਂ ਅਸੀਂ ਜੰਗਲੇ ਤੋਂ 1.5 ਇੰਚ ਪਿੱਛੇ ਹਟਾ ਕੇ ਕਰਦੇ ਰਹੇ ਆ ਲੇਕਿਨ ਤੇੜ ਫੇਰ ਵੀ ਆ ਜਾਂਦੀ ਸੀ ਚਲੋ ਦਿਖਦੀ ਤਾਂ ਨਹੀਂ ਸੀ ਲੇਕਿਨ ਤੇੜ ਜਰੂਰ ਆਂਦੀ ਸੀ ਤੇ ਆ ਦੇਖੋ ਹੁਣ ਇਹ ਨਾ ਆਪਾਂ ਨੇ ਬੜਾ ਵਧੀਆ ਇਹਦਾ ਇੱਕ ਟੰਗ ਇਹਦਾ ਕੱਢਿਆ ਆ ਦੇਖੋ ਇਹ ਨਾ ਲੈਂਟਰ ਦੇ ਵਿੱਚ ਤੇ ਜਦੋਂ ਅਸੀਂ ਲੈਂਟਰ ਪਾਇਆ ਲੈਂਟਰ ਦੇ ਵਿੱਚ ਤੇ ਐਲ ਦੇ ਕੇ ਆਹ ਤਿੰਨ ਤਿੰਨ ਸੂਤ ਦੇ ਸਰੀਏ ਮੋੜ ਕੇ ਅਸੀਂ ਉੱਪਰ ਨੂੰ ਖੜੇ ਕਰ ਲਏ ਵੈਸੇ ਕੋਈ ਨਵਾਂ ਨਹੀਂ ਹੈਗਾ ਆਈਡੀਆ ਇਹ ਬਹੁਤ ਪੁਰਾਣਾ ਆਈਡੀਆ ਅਸੀਂ ਹੁਣ ਦੁਆਰ ਤੇ ਇਹਨੂੰ ਨਾ ਬਰਤਨ ਲੱਗੇ ਆ ਪਹਿਲਾ ਛੜਤਾ ਦਾ ਵਿੱਚ ਨੂੰ ਬਰਤਨ ਆ ਦੇਖੋ ਜੀ ਇਹ ਕਰਤਾ ਇਹ ਸਰੀਏ ਕੱਢੇ ਹੋਇਆ ਉੱਪਰ ਨੂੰ ਐਲਾ ਮੋੜ ਕੇ ਆ ਉੱਪਰ ਨੂੰ ਉਰੇ ਤੱਕ ਸਾਡੇ ਜੰਗਲੇ ਆਣਿਆ ਦੇਖੋ ਜੀ ਉੱਪਰ ਨੂੰ 5 ਫੁੱਟ ਤੱਕ ਇਹਦੇ ਉੱਪਰ ਗ੍ਰਿਲ ਲਗਣੀ ਆ ਨਾ ਸੋਰੀ 15 ਦੇ ਹਾਂ ਤੱਕ 1.5 ਫੁੱਟ ਤੱਕ ਇਹਦੇ ਉੱਪਰ ਗ੍ਰਿਲ ਲੱਗ ਜਾਣੀ ਆ ਤੇ ਇਹ ਹੁਣ ਟੇੜ ਨਹੀਂ ਆਉਗੀ ਇਹਦੇ ਵਿੱਚ ਬਜਰੀ ਭਰ ਦੇਣੀ ਚਣਾਈ ਲਾ ਕੇ ਵੈਸੇ ਪਹਿਲਾਂ ਅਸੀਂ ਸਲਾਹ ਕਰੀ ਤੀ ਵੀ ਇਹਨੂੰ ਆਰ ਸੀ ਸੀ ਭਰ ਦਈਏ ਲੇਕਿਨ ਆਰ ਸੀ ਸੀ ਜਿਹੜਾ ਆਪਾਂ ਭਰ ਦਿੰਦੇ ਆ ਨਾ ਉਹਦੇ ਉੱਪਰ ਯਾਰ ਪੇਂਟ ਵੀ ਨਹੀਂ ਖੜਦਾ ਹੈਗਾ ਤੇ ਆਰ ਸੀ ਸੀ ਦੇ ਉੱਪਰ ਪਲਾਸਟਰ ਵੀ ਨਹੀਂ ਖੜਦਾ ਹੈਗਾ ਬਾਅਦ ਚੋਂ ਪਲਾਸਟਰ ਭੁਰਨ ਲੱਗ ਜਾਂਦਾ ਹੈ ਤੇ ਆਹ ਦੇਖੋ ਹੁਣ ਅਸੀਂ ਇੱਧਰ ਆਹ ਕਰਿਆ ਪ੍ਰੋਜੈਕਟ ਦੇਖੋ ਭਾਈ ਆਹ ਦੇਖੋ ਇਹ ਨਾ ਥੱਲੇ ਤੇ ਜਿਹੜੇ ਸਰੀਏ ਆਪਾਂ ਨੇ ਮੋੜੇ ਤੇ ਆਹ ਸ਼ੀਟ ਲਾਤੀ ਇੱਠ ਦੇ ਨਾਲ ਜਿੱਦਾਂ ਆਪਾਂ ਬਹਿਰੇ ਭਰਦੇ ਹੁੰਦੇ ਆ ਕਿਸੇ ਗ੍ਰਿਲ ਦੇ ਐ ਕਹਣਾ ਬਜਰੀ ਭਰਤੀ ਤੇਜ ਰੇਸ਼ੋ ਮਿਲਾ ਕੇ ਤੇ ਐਦੇ ਉੱਪਰ ਉਰੇ ਅਸੀਂ ਹੁਣ ਸਰੀਆ ਵੜ ਕੇ ਰੱਖਿਓ ਆ ਦੇਖੋ ਜਿਹੜੀ ਆ ਤੁਸੀਂ ਦੇਖ ਰਹੇ ਆ ਐਦੇ ਉੱਪਰ ਅਸੀਂ ਤਿੰਨ ਤਿੰਨ ਰਦੇ ਲਾ ਕੇ ਉੱਪਰ ਸਰੀਆ ਪਾ ਕੇ ਉੱਪਰ ਬਜਰੀ ਦੀ ਇੱਕ ਸ਼ੇਰਵਾ ਬਣ ਜਾਣਾ ਇੱਕ ਤਰ੍ਹਾਂ ਦਾ ਉੱਪਰ ਬਜਰੀ ਪਾਦਣੀ ਬਜਰੀ ਦੇ ਲੈਂਟਰ ਲਾ ਦੇਣਾ ਆ ਦੇਖੋ ਅਸੀਂ ਸਰੀਆ ਵੜ ਕੇ ਰੱਖਿਓ ਐਲਾਂ ਦੇ ਕੇ ਆ ਜਿਸ ਤਰ੍ਹਾਂ ਇਧਰ ਐਲਾਂ ਇਧਰ ਵੀ ਐਸੀ ਤਰ੍ਹਾਂ ਇਧਰ ਐਂ ਦੇ ਦਿੱਤੀ ਹੋਈ ਆ ਆ ਦੇਖੋ ਜੀ ਇਹ ਐਲਾਂ ਮੋੜ ਕੇ ਇਹ ਸਰੀਏ ਦੀਆਂ ਇਹ ਸ ਇਹਦੇ ਉੱਪਰ ਰੱਖ ਦਿੱਤਾ ਜਾਣਾ ਸਰੀਆ ਉਹ ਸਾਹਮਣੇ ਜਿਹੜਾ ਤੁਹਾਨੂੰ ਦਿਖਦਾ ਇਸ ਤਰ੍ਹਾਂ ਉੱਦ ਨੂੰ ਐਲ ਮੋੜ ਜਾਣੀ ਇਹਦੇ ਉੱਪਰ ਫਿਰ ਆਪਾਂ ਨੇ ਇੱਕ ਰ데요 ਦੀ ਬਜਰੀ ਭਰ ਦੇਣੀ ਇੱਕ ਰ데요 ਜਿੰਨੀ ਮੋਟੀ 2.5 2.5 ਇੰਚ ਬਜਰੀ ਭਰ ਜਾਣੀ ਇੱਕ ਲੈਂਟਰ ਲੱਗ ਜਾਣਾ ਇੱਕ ਕਿਸਮ ਦਾ ਤੇ ਬਾਕੀ ਆਹ ਜਿਹੜੇ ਸਰੀਏ ਆ ਇਹ ਲੈਂਟਰ ਦੇ ਵਿੱਚ ਤੀ ਮੋੜੇ ਹੋਏ ਆ ਪਹਿਲਾਂ ਹੀ ਮੋੜੇ ਹੋਏ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਆ ਪਰਲੇ ਪਾਸੇ ਤਾਂ ਹੁਣ ਤੇੜਾ ਆਉਣ ਦੀ ਸੁਭਾਵਨਾ ਖਤਮ ਹੋ ਗਈ ਤੇੜ ਨਹੀਂ ਆਊਗੀ ਤੇ ਨਾਲੇ ਐਨ ਪੱਕਾ ਮਜ਼ਬੂਤ ਕੰਮ ਹੋ ਜਾਣਾ ਤੇ ਹੁਣ ਜੰਗਲਾ ਹਿੱਲੂਗਾ ਨਹੀਂ ਤੇ ਜਿਹੜੀ ਤੇੜਾ ਆਉਣ ਦੀ ਸੁਭਾਵਨਾ ਸੀ ਉਹ ਬਿਲਕੁਲ ਖਤਮ ਹੋ ਕੀ ਇਹ ਆਈਡੀਆ ਕਿਦਾਂ ਲੱਗਿਆ ਜੀ ਵੈਸੇ ਇਹ ਆਈਡੀਆ ਕੋਈ ਸਾਡਾ ਨਹੀਂ ਹੈਗਾ ਮੈਂ ਤੁਹਾਨੂੰ ਐਵੇਂ ਕਹਾ ਇਹ ਪੁਰਾਣਾ ਆਈਡੀਆ ਹੈ ਜਿਹੜੇ ਕਾਰੀਗਾਰ ਮਿਸਤਰੀ ਆ ਪੁਰਾਣੇ ਮਿਸਤਰੀ ਆ ਉਹ ਪਹਿਲਾਂ ਵੀ ਉਹ ਵਰਤਦੇ ਰਹੇ ਆ ਲੇਕਿਨ ਇਹ ਵਿੱਚ ਨੂੰ ਵਰਤਣਾ ਛੜ ਤਾਤਾ ਸੋ ਅਸੀਂ ਇਹ ਦੁਬਾਰਤੋਂ ਹੁਣ ਸ਼ੁਰੂ ਕਰ ਦਿੱਤਾ ਹੈ ਕਿ ਜਿੱਧਰ ਜਿੱਧਰ ਬਾਦਰਾ ਹੋਊਗਾ ਉਧਰ ਅਸੀਂ ਇਸ ਤਰ੍ਹਾਂ ਲੈਂਟਰ ਦੇ ਵਿੱਚੇ ਲੈਂਟਰ ਵਾਲੇ ਸਰੀਆਂ ਦੇ ਵਿੱਚੇ ਐਲਾ ਮੋੜ ਦਿੰਦੇ ਹੁਣ ਐਲਾ ਮੋੜ ਕੇ ਫਿਰ ਇਸ ਤਰ੍ਹਾਂ ਚਣਾਈ ਭਰ ਕੇ ਦੇ ਵਿੱਚ ਉਹਦੇ 6 6 ਇੰਚ ਦੇ ਬੱਤੇ ਬਣ ਜਾਂਦੇ ਆ ਇੱਕ ਤਰ੍ਹਾਂ ਦੇ ਸੇਰੂਏ ਬਣ ਜਾਂਦੇ ਆ ਜਿਹੜੇ ਤੇੜ ਆਣ ਤੇ ਰੋਕੂਗੇ ਤੇ ਜੰਗਲੇ ਦੀ ਮਜ਼ਬੂਤੀ ਵੀ ਵਾਧਦੀ ਆ ਕੰਮ ਦੀ ਲਾਈਫ ਵਾਧਦੀ ਆ ਸੋ ਦੋਸਤੋ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਕਿਸੇ ਹੋਰ ਸੱਜਣ ਨੂੰ ਇਹ ਆਈਡੀਆ ਮਿਲ ਜੂਗਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਓ ਐਦਾਂ ਦੇ ਹੋਰ ਵਧੀਆ ਕੰਮ ਦੇਖਣ ਦੇ ਲਈ ਸਾਨੂੰ ਸਲਾਹ ਵੀ ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਦੋਸਤੋ ਕਿਉਂਕਿ ਜ਼ਿੰਦਗੀ ਦਾ ਦੂਸਰਾ ਨਾਮ ਸਿੱਖਣਾ ਏ ساری ਜ਼ਿੰਦਗੀ ਸਿੱਖਣ ਚ ਲੰਘ ਜਾਂਦੀ ਆ ਕਾਰੀਗਰਤਾ ਕ ਕੋਈ ਦੋਸਤੋ ਐਦਾਂ ਇਹ ਬਜਰੀ ਦੇ ਭਰਤੇ ਆਪਾਂ ਨੇ ਸਾਰੇ ਜਿਹੜੇ ਸਰੀਏ ਛਡੇ ਹੋਏ ਤੇ ਇਹਨਾਂ ਦੇ ਉੱਪਰ ਇੱਕ ਇਸ ਤਰ੍ਹਾਂ ਲੰਬਾ ਸਰੀਆ ਪਾਤਾ ਲੰਬਾ ਸਰੀਆ ਪਾ ਕੇ ਫਿਰ ਉਹ ਸਰੀਏ ਨੂੰ ਇੱਕ ਇੱਟ ਦੀ ਬਜਰੀ ਪਾਤੀ ਇੱਕ ਇੱਟ ਜਿੰਨੀ ਮੋਟੀ ਬਜਰੀ ਪਾਤੀ ਮਤਲਬ ਸੀਰੂ ਬਣਾਤਾ ਰੈਂਟਰ ਬਣਾਤਾ ਇਹਦਾ ਦੇਖੋ ਜੀ ਗੱਜ ਲਾ ਕੇ ਇੱਧਰ ਬਜਰੀ ਪਾਤੀ ਤੇ ਹੁਣ ਇਹਦੀ ਜਿਹੜੀ ਤੇੜ ਆਉਣ ਦੀ ਸੁਭਾਵਨਾ ਹੈ ਉਹ ਬਿਲਕੁਲ ਖਤਮ ਹੋ ਗਈ ਆ ਦੇਖੋ ਜੀ ਸੋ ਐਸੇ ਤਰ੍ਹਾਂ ਮੂਰੇ ਫਰੰਟ ਵਾਲੇ ਜਿੰਨੇ ਵੀ ਜੰਗਲੇ ਆ ਜਿਨ੍ਹਾਂ ਦੇ ਉੱਪਰ ਗ੍ਰਿਲ ਘੁੰਮਣੀ ਆ ਸੋ ਐਸੇ ਤਰ੍ਹਾਂ ਆ ਪਾਣੀ ਕਾਰਵਾਈ ਕਰਨੀ ਆ ਐਸੇ ਤਰ੍ਹਾਂ ਸਾਰਾ ਕੰਮ ਕਰਨਾ ਆ ਉਹ ਦੇਖੋ ਪਰਲੇ ਪਾਸੇ ਵੀ ਰਦੇ ਲਾ ਦਤੇ ਆ ਸਾਹਮਣੇ ਦੇਖੋ ਜੀ ਸਰੀਆ ਛੱਡ ਕੇ ਤੇ ਹੁਣ ਇਹ ਜੰਗਲੇ ਦੇ ਵਿੱਚ ਕਦੇ ਤੇੜ ਨਹੀਂ ਆਉਗੀ ਤੇ ਇਹ ਜੰਗਲਾ ਲੈਂਟਰ ਦੇ ਨਾਲੇ ਜੋਇੰਟ ਹੋ ਗਿਆ ਸੋ ਕਮੈਂਟ ਕਰਕੇ ਦੱਸਣਾ ਜੀ ਸਕੀਮ ਕਿੱਦਾਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਧੰਨਵਾਦ ਜੀ